when we make something, for example, we went to IKEA and brought some wardrobes. ਅਲਮਾਰੀ ਇਕੱਠੀ ਕਰ ਲੱਗੇ ਆ, ਤਿਆਰ ਕਰ ਲੱਗੇ ਆ ਵਿਦ ਆਊਟ ਟੂਲਸ। ਹੁਣ ਇਹ ਵੀ ਪਤਾ ਕਿ ਇਹ ਪਾਰਟ ਇਹੀ ਆ, ਇਹ ਪਾਰਟ ਵੀ ਆ। ਇਹ ਵੀ ਪਤਾ ਕਿ ਆ ਇਦਾਂ ਦਾ ਸਕਰੂ ਡਰਾਈਵਰ ਚਾਹੀਦਾ, ਇਹ ਵੀ ਪਤਾ ਕਿ ਇੱਥੇ ਥੋੜੀ ਕੰਮ ਆਏਗੀ, ਸਾਰਾ ਪਤਾ ਸਾਨੂੰ। ਹੁਣ ਜੇ ਆਪਾਂ ਉੱਥੇ ਬੈਠ ਕੇ ਬਸ ਇੱਦਾਂ ਕਹੀ ਜਾਈਏ ਫਾਟ ਹੈ ਫਾਟ ਬੀ ਥੋੜੀ ਸਕਰੂ ਡਰਾਈਵਰ ਨੇਲਸ, ਜਿੱਦਾਂ ਕਹੀ ਜਾਈਏ, ਅਲਮਾਰੀ ਤਾਂ ਬਣਨ ਵਾਲੀ ਨਹੀਂ ਹੈਗੀ। ਬਣੂਗੀ ਅਲਮਾਰੀ? ਇੱਦਾਂ ਨਹੀਂ ਬਣਨੀ। ਆਪਾਂ ਗੁਰਬਾਣੀ ਪੜ੍ਹੀ ਜਾ ਰਹੇ ਹਾਂ, ਪੜ੍ਹੀ ਜਾ ਰਹੇ ਹਾਂ। The same way those instructions were to make a cupboard, Gurbani gives us the instructions to merge back into that light. Gurbani gives us the instructions to merge back into Vaheguru, to merge back into that light. And sach gal eh aa, oh Japji Sahib da paath padhi gaye aa, baani padhi gaye, par asar nahi kita ke Guru Nanak ki keh rahe si. Bachpan to leke rol launde gaye Japji Sahib de. ਕਿੰਨੇ ਲਾ ਲਏ ਨੇ ਰੋਲ, ਪੁੱਛੋ ਸੁਣੋ, ਪਰ ਉੱਥੇ ਦੀ ਉੱਥੇ ਖੜੇ, ਸਮਝ ਹੀ ਨਹੀਂ ਗੁਰਬਾਣੀ। The truth is by reading the instructions ਭਲਾ ਹੋਏਗਾ, ਸਮਝ ਆਏਗੀ ਕਿ ਆ ਇੱਦਾਂ ਆ ਇੱਦਾਂ। But you have to practically live on what Gurbani is saying as well. ਇਹ ਨਹੀਂ ਕਿ ਗੁਰਬਾਣੀ ਪੜ੍ਹ ਲਈ ਬਸ ਇੱਥੇ ਹੀ ਖੜ ਗਏ। ਨਿਤਨੇਮ ਕਰੋ, ਸ਼ਾਮ ਨੂੰ ਰਹਿਰਾ ਸਾਹਿਬ ਪੜ੍ਹੋ, ਸੌਣ ਤੋਂ ਪਹਿਲਾਂ ਕੀਰਤਨ ਸੋਹਿਲਾ ਕਰੋ, ਪੰਜ ਗ੍ਰੰਥੀ ਦਾ ਨਿਤਨੇਮ ਕਰਨਾ ਜੀ ਸੱਜ ਕੇ ਕਰ, ਪੰਜ ਪਾਠ ਸੁਖਮਨੀ ਸਾਹਿਬ ਦੇ ਕਰਨੇ ਨੇ ਕਰ, ਪਰ ਇਹ ਵੀ ਸਮਝ ਕੇ ਗੁਰੂ ਅਰਜਨ ਦੇਵ ਜੀ ਕੀ ਕਹਿ ਰਹੇ ਨੇ।